ਕਰਦਿਆਂ ਨੇ ਨਾਮ ਤੇ ਬੜਾ ਵਧੀਆ ਰੱਖਿਆ ਹੈ ਗੁਰਦਾਸ ਬੜਾ ਵਧੀਆ ਹੁੰਦਾ ਜੇ ਤੂੰ ਗੁਰੂਆਂ ਦਾ ਦਾਸ ਹੁੰਦਾ ਪਰ ਤੂੰ ਚਲਮਾ ਤੇ ਸੂਟੇ ਪੀਣ ਵਾਲਿਆਂ ਦਾ ਦਾਸ ਹੈ ਤੂੰ ਆਪਣੇ ਆਪ ਨੂੰ ਵੀ ਬਿਚਾਰ ਰਿਆ ਹੈ ਤੇ ਸਿੱਖੀ ਨੂੰ ਫੇਰ ਸਿੱਖੀ ਸਰੂਪ ਦੇ ਵਿੱਚ ਲਿਆ ਕੇ ਵੀਡੀਓ 'ਚ ਨੌਜਵਾਨਾਂ ਨੂੰ ਬਦਨਾਮ ਕਰ ਰਿਹਾ ਹੈ ਤੇਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਲੋਕ ਹੁਣ ਬੇਹੂਫ ਨਹੀਂ ਹਨ ਲੋਕ ੱੱਗੇ ਖਾ ਖਾ ਕੇ ਸਿਆਣੇ ਹੁੰਦੇ ਜਾ ਰਹੇ ਨੇ ਤੇ ਹੋ ਗਏ ਨੇ ਤੇ ਉਹਦੇ ਵਿੱਚ ਜਿਹੜੀਆਂ ਤੂੰ ਗੱਲਾਂ ਕੀਤੀਆਂ ਨੇ ਵੀ ਜਿੱਥੇ ਸਸਰੀਆ ਕਾਲ ਹੋਵੇ ਬੋਲੇ ਸੋ ਨਿਹਾਲ ਹੋਵੇ ਉਥੇ ਮਰਤਾ ਬਾਦ ਨਹੀਂ ਆਖੀ ਦੀ ਜਮੀਰ ਦੇ ਮਰ ਜਾਣ ਨੂੰ ਮੌਤ ਕਹਿੰਦੇ ਨੇ ਤੇਰੀ ਜਮੀਰ ਮਰੀ ਪੰਜਾਬੀ ਮਾਂ ਬੋਲੀ ਨੂੰ ਤੂੰ ਤੀਜਾ ਚੌਥਾ ਦਰਜਾ ਦੱਸਦਾ ਹੈ ਸਿੱਖੀ ਸਰੂਪ ਨਾਲ ਤੂੰ ਨਫ਼ਰਤ ਕਰਦਾ ਹੈ ਤੇ ਹਥਾਂ ਵਿੱਚ ਰੰਗ-ਬਰੰਗੀਆਂ ਪੀਰਾਂ ਫਕੀਰਾਂ ਦੀਆਂ ਚੂੜੀਆਂ ਪਾ ਕੇ ਪੈਰਾਂ 'ਚ ਘੁੰਗਰੂ ਬਨ ਕੇ ਸਟੇਜਾਂ ਉਤੇ ਪੈਸਿਆਂ ਦੇ ਵਿੱਚ بارش ਹੁੰਦਿਆ ਨਚਣਾ ਟੱਪਣਾ ਤੇ ਸਿੱਖੀ ਦਾ ਮਜਾਕ ਡਾਉਣਾ ਤੇ ਬਾਅਦ ਵਿੱਚ ਤੂੰ ਸਾਨੂੰ ਦੱਸੇਂਗਾ ਵੀ ਸਿੱਖੀ ਕੀ ਹੁੰਦੀ ਹੈ ਤੇ ਚੜ੍ਹਦੀ ਕਲਾ ਕੀ ਹੁੰਦੀ ਤੇ ਬੋਲੇ ਸੋਨੇ ਹਾਲ ਕੀ ਹੈ ਜਿਹਦੇ ਵਿੱਚ ਇਹ ਗੱਲ ਆਖੀ ਸੀ ਵੀ ਆਪਣਾ ਪੰਜਾਬ ਹੋਵੇ ਤੇ ਘਰ ਦੀ ਸ਼ਰਾਬ ਹੋਵੇ ਇਹ ਸ਼ਰਾਬ ਪੀ ਕੇ ਨਚੋ ਟੱਪੋ ਆਪਣੇ ਪੰਜਾਬ ਦੇ ਵਿੱਚ ਇਹਨੂੰ ਬਰਬਾਦ ਕਰੋ ਸ਼ਰਾਬ ਹੀ ਤੁਹਾਡੇ ਸਮੱਸਿਆ ਦਾ ਹੱਲ ਹੈ ਇਹ ਗਾਣਾ ਵੀ ਤੂੰ ਸ਼ਾਇਦ ਵਣ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡੀਆਂ ਵੱਡੀਆਂ ਸਟੇਜਾਂ ਦੇ ਉੱਤੇ ਇਹ ਵੱਡੀਆਂ ਵੱਡੀਆਂ ਗੱਲਾਂ ਕਰ ਲੈਣੀਆਂ ਸੁਖੀਆਂ ਨੇ ਜੇ ਨੌਜਵਾਨੀ ਸਿੱਖੀ ਤੋਂ ਮੁਨਕਰ ਹੋ ਰਹੀ ਹੈ ਤੇ ਕੁਰਾਏ ਪੈ ਰਹੀ ਹੈ ਇਹ ਕਿਵੇਂ ਸਹੀ ਹੋ ਸਕਦੀ ਹੈ ਤੇ ਇਹਨਾਂ ਨੂੰ ਪਠੇਰੇ ਪਾ ਕੌਣ ਰਿਹਾ ਹੈ ਇਹਦੇ ਬਾਰੇ ਹੱਕ ਦੇ ਵਿੱਚ ਜਾਂ ਵਿਰੋਧ ਚ ਬੋਲਣਾ ਇਹਦੇ ਵਾਸਤੇ ਵੱਡਾ ਜਿਰਾ ਚਾਹੀਦਾ ਏ ਤੇ ਜਦੋਂ ਜਦੋਂ ਵੀ ਸਿੱਖਾਂ ਦੇ ਨਾਲ ਕਿਸੇ ਨੇ ਸਿੱਖੀ ਸਰੂਪ ਨਾਲ ਜਾਂ ਸਿੱਖੀ ਦੇ ਨਾਲ ਜਦ ਸਿੱਖ ਬੋਲੀ ਦੇ ਨਾਲ ਕਿਸੇ ਨੇ ਮਜ਼ਾਕ ਕੀਤਾ ਹੈ ਸਮੇਂ-ਸਮੇਂ ਦੇ ਉੱਤੇ ਸਿੱਖ ਉਹਨੂੰ ਜਵਾਬ ਦਿੰਦੇ ਆਏ ਨੇ ਉਹਦਾ ਵਿਰੋਧ ਕਰਦੇ ਆਏ ਨੇ ਉਸੇ ਹੀ ਉਹਦੇ ਤਰੀਕੇ ਦੇ ਨਾਲ ਜੋਗੇ ਕਰਨਾ ਬਣਦਾ ਵੀ ਹੈ ਇਦਾਂ ਦੀ ਇੱਕ ਹਰਕਤ ਆਪਣੇ ਆਪ ਨੂੰ ਮਾਂ ਬੋਲੀ ਦਾ ਪੁੱਤਰ ਅਖਵਾਉਣ ਵਾਲਾ ਅਖੌਤੀ ਗਾਇਕ ਅਖੌਤੀ ਪੰਜਾਬੀ ਜੋ ਆਪਣੇ ਆਪ ਦੇ ਵਿੱਚ ਬਬੇ ਬੋੜ ਦੇ ਨਾ ਖੁਦ ਹੀ ਮੀਆਂ ਮਿੱਠੂ ਬਣਨ ਵਾਲਾ ਜਿਹਦਾ ਨਾਮ ਗੁਰਦਾਵ ਸਮਾਨ ਹੈ ਮੇਰਾ ਉਹਦੇ ਨਾਲ ਕੋਈ ਨਿੱਜੀ ਵੈਰ ਨਹੀਂ ਹੈ ਸਿਰਫ ਇਸ ਕਰਕੇ ਵੀਡੀਓ ਹੈ ਕਿ ਉਹਨੇ ਸਿੱਖੀ ਦਾ ਮਜਾਕ ਡਾਉਣ ਦੀ ਫਿਰ ਦੁਬਾਰਾ ਕੋਸ਼ਿਸ਼ ਕੀਤੀ ਹੈ ਇੱਕ ਸਿੱਖ ਹੋਣ ਦੇ ਨਾਤੇ ਸਿੱਖਾਂ ਦੇ ਹੱਕ ਦੇ ਵਿੱਚ ਬੋਲਣਾ ਕਿਉਂਕਿ ਸਿੱਖ ਕਿਸੇ ਨੂੰ ਬੁਰਾ ਨਹੀਂ ਕਹਿੰਦਾ ਹੈ ਤੇ ਨਾ ਕਿਸੇ ਕੋ ਬੁਰਾ ਸੁਣਦਾ ਹੈ ਪਿਛਲੇ ਸਮੇਂ ਦੇ ਵਿੱਚ ਇਹਦੀ ਕੀਤੀ ਹੋਈ ਇਸ ਟਿੱਪਣੀ ਨੂੰ ਜਿਹਦੇ ਵਿੱਚ ਇਹਨੇ ਮਾਂ ਬੋਲੀ ਨੂੰ ਦੂਜਾ ਦਰਜਾ ਦਿੱਤਾ ਤੇ ਹੋਰ ਪੇਸ਼ਾਵਾਂ ਨੂੰ ਅਹਿਮੀਅਤ ਦਿੱਤੀ ਜਿਹਦੇ ਨਤੀਜੇ ਵਜੋਂ ਸਿੱਖਾਂ ਨੇ ਇਹਦਾ ਵਿਰੋਧ ਕੀਤਾ ਤੇ ਇਹ ਕਈ ਸਾਲ ਕਈ ਮਹੀਨੇ ਚੈਨ ਦੀ ਨੀਂਦ ਨਹੀਂ ਸੌ ਸਕਿਆ ਹੁਣ ਆਪਣੇ ਮਨ ਦੀ ਭੜਾ ਸੀ ਨੇ ਇਸ ਗਾਣੇ ਦੇ ਰਾਈ ਕੱਢੀ ਹੈ ਉਹ ਅੱਗੇ ਜਾ ਕੇ ਵਿਚਾਰਾਂਗੇ ਵੀ ਕਿੰਨਾ ਕੁ ਸੱਚ ਹੈ ਤੇ ਕਿੰਨਾ ਕੁ ਝੂਠ ਹੈ ਤੇ ਕਿੰਨਾ ਕੁ ਮੀਆਂ ਮੀਠੂ ਖੁਦ ਬਣਿਆ ਹੈ ਗੁਰਬਾਣੀ ਦਾ ਇੱਕ ਪਾਵਨ ਬਚਨ ਮੈਨੂੰ ਯਾਦ ਆ ਗਿਆ ਹੈ ਕਿ ਸਵਾਨ ਪੂਛ ਜੇ ਹੋਏ ਨਾ ਸੁਧੋ ਕਹੇ ਉਹ ਨਾ ਕਾਨ ਤਰੈ ਕਈ ਬੰਦੇ ਕੁੱਤੇ ਦੀ ਪੂਛ ਵਾਂ ਕਦੇ ਸਿੱਧੇ ਨਹੀਂ ਹੋ ਸਕਦੇ ਤੇ ਉਲਟਾ ਨਾ ਕਿਸੇ ਦੀ ਚੰਗੀ ਸਿੱਖਿਆ ਨੂੰ ਗ੍ਰਹਿਣ ਕਰਦੇ ਨੇ ਲੈਂਦੇ ਨੇ ਨਾ ਸੁਣਦੇ ਨੇ ਕਰਦਿਆ ਨੇ ਨਾਮ ਤੇ ਬੜਾ ਵਧੀਆ ਰੱਖਿਆ ਹੈ ਗੁਰਦਾਸ ਬੜਾ ਵਧੀਆ ਹੁੰਦਾ ਜੇ ਤੂੰ ਗੁਰੂਆਂ ਦਾ ਦਾਸ ਹੁੰਦਾ ਪਰ ਤੂੰ ਚਲਮਾ ਤੇ ਸੂਟੇ ਪੀਣ ਵਾਲਿਆਂ ਦਾ ਦਾਸ ਹੈ ਇਹ ਗੱਲ ਲੋਕੀ-ਛੁਪੀ ਨਹੀਂ ਹੈ ਜਗ-ਜਾਹਰ ਹੈ ਕਿਸੇ ਵੇਲੇ ਤੂੰ ਗਾਣਾ ਬੋਲਿਆ ਸੀ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲシャン ਕਰੀਏ ਨਾਲ ਤੇਨੂੰ ਇਹ ਵੀ ਗਾਉਣਾ ਚਾਹੀਦਾ ਸੀ ਕਿ ਜਿਸ ਘਰ ਦੀ ਰੋਟੀ ਖਾਈਏ ਉਹਦੀ ਥਾਲੀ 'ਚ ਕਦੀ ਛੇਕ ਨਾ ਕਰੀਏ ਜਿਸ ਮਾਂ ਬੋਲੀ ਦੇ ਨਾਂ ਦੇ ਉੱਤੇ ਜਿਸ ਪੰਜਾਬੀ ਭਾਸ਼ਾ ਨੂੰ ਲੈ ਕੇ ਜਿੰਨਾ ਪੰਜਾਬੀਆਂ ਨੂੰ ਸੜਾ ਕੇ ਤੂੰ ਸਾਰਾ ਕੁਝ ਇਕੱਠਾ ਕੀਤਾ ਹੈ ਮਾਇਆ ਦਾ ਪਸਾਰਾ ਹੈ ਦੁਨੀਆ ਦੇ ਉੱਤੇ ਆਪਣਾ ਨਾਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਉਸੇ ਥਾਲੀ 'ਚ ਹੀ ਛੇਕ ਕਰ ਰਿਹਾ ਹੈ ਉਸੇ ਬੋਲੀ ਨੂੰ ਹੀ ਮੜਾ ਕਹਿ ਰਿਹਾ ਹੈ ਤੇ ਕੁਝ ਦਿਨ ਪਹਿਲਾਂ ਜਦੋਂ ਫੇਰ ਤੂੰ ਨਵਾਂ ਆ ਕੇ ਗਾਣਾ ਬਣਾਇਆ ਹੈ ਆਪਣੇ ਕੈਮਰੇ ਨੇ ਆਪਣੇ ਖਰੀਦੇ ਹੋਏ ਬੰਦੇ ਨੇ ਪੱਗਾਂ ਬੰਨ ਕੇ ਆਪ ਹੀ ਵਧੀਆ ਐਕਟਿੰਗ ਕਰ ਲਈ ਨਾ ਆਪ ਹੀ ਲਿਖਿਆ ਹੈ ਆਪ ਹੀ गा ਰਹੇ ਹਨ ਤੇ ਆਪ ਹੀ ਵੀ ਪਵਾਰਿਆਂ ਵਿੱਚ ਤੇ ਬਹੁਤ ਵਧੀਆ ਢੰਗ ਦੇ ਨਾਲ इमोशनल ਕਰਨ ਦਾ ਤਰੀਕਾ ਹੈ ਸੁਣਿਆ ਸੀ ਵੀ ਲੋਕੀ ਆਪਣੇ ਮੂੰਹੋਂ ਮੀਆਂ ਮਿੱਠੂ ਖੁੱਦ ਬਣ ਜਾਂਦੇ ਨੇ ਸੁਣਿਆ ਵੀ ਹੈ ਤੇ ਵੇਖਿਆ ਵੀ ਹੈ ਬਣਦਿਆਂ ਪਰ ਤੇਰਾ ਇਹ ਤਰੀਕਾ ਬੜਾ ਮਾਡਰਨ ਜਿਹਾ ਹੈ ਲੋਕਾਂ ਨੂੰ इमोशनल ਕਰਨ ਦਾ ਤੇ ਮਗਰ ਲਾਉਣ ਦਾ ਜਿਵੇਂ ਆਂਦੇ ਹੁੰਦੇ ਨੇ ਵੀ ਸੱਪ ਵੀ ਮਰ ਜੇ ਤੇ ਲਾਠੀ ਵੀ ਵੱਜ ਜਾਵੇ। ਉਹ ਆਪਣੇ ਆਪ ਨੂੰ ਹੀ ਵਿਚਾਰ ਰਿਆ ਹੈ ਤੇ ਸਿੱਖੀ ਨੂੰ ਫੇਰ ਸਿੱਖੀ ਸਰੂਪ ਦੇ ਵਿੱਚ ਲਿਆ ਕੇ ਵੀਡੀਓ 'ਚ ਨੌਜਵਾਨਾਂ ਨੂੰ ਬਦਨਾਮ ਕਰ ਰਿਹਾ ਹੈ। ਤੇਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਲੋਕ ਹੁਣ ਬੇਹੂਫ ਨਹੀਂ ਹਨ। ਲੋਕ ੱੱਗੇ ਖਾ ਖਾ ਕੇ ਸਿਆਣੇ ਹੁੰਦੇ ਜਾ ਰਹੇ ਨੇ ਤੇ ਹੋ ਗਏ ਨੇ। ਕੁਝ ਰਹਿੰਦੇ ਖੁੰਦੇ ਹੋਰ ਹੋ ਜਾਣਗੇ। ਹੁਣ ਵੀਡੀਓਗ੍ਰਾਫੀ ਤੇ ਰਾਈ ਇੱਕ ਨਵਾਂ ਗਾਣਾ ਬਣਾ ਕੇ ਐਕਟਿੰਗ ਕਰਕੇ ਆਪਣੇ ਬੰਦੇ ਵਿੱਚ ਖਿਲਾਰ ਕੇ ਹੁਣ ਫੇਰ ਨੌਜਵਾਨਾਂ ਨੂੰ ਭੜਕਾ ਰਿਆ ਹੈ ਤੇ ਮਗਰ ਲਾ ਰਿਆ ਹੈ ਤੇ ਖਾਸ ਕਰਕੇ ਸਿੱਖ ਨੌਜਵਾਨਾਂ ਨੂੰ ਪੱਗਾਂ ਬਣਾ ਕੇ ਦਾੜੇ ਰਖਾ ਕੇ ਵਿੱਚ ਤੂੰ ਵਿਖਾਉਣ ਦਾ ਇਹੋ ਯਤਨ ਕੀਤਾ ਵੀ ਇਹ ਸਿੱਖ ਹੀ ਨਹੀਂ ਕੁਝ ਕੇ ਬੰਦੇ ਜਿਹੜੇ ਮੇਰਾ ਵਿਰੋਧ ਕਰਦੇ ਨੇ ਬਾਕੀ ਮੇਰੇ ਨਾਲ ਸਹਿਮਤ ਨੇ ਤੇ ਉਹਦੇ ਵਿੱਚ ਜਿਹੜੀਆਂ ਤੂੰ ਗੱਲਾਂ ਕੀਤੀਆਂ ਨੇ ਵੀ ਜਿੱਥੇ ਸਾਸਰੀਆ ਕਾਲ ਹੋਵੇ ਬੋਲੇ ਸੋਨਿਹਾਲ ਹੋਵੇ ਉਥੇ ਮਰਦਾਬਾਦ ਨਹੀਂ ਆਖੀ ਦੀ ਸ਼ਹਿ ਤੂੰ ਗੁਰਬਾਣੀ ਨੂੰ ਕਦੇ ਨੇੜੇ ਹੋ ਕੇ ਪੜਿਆ ਨਹੀਂ ਤੇ じゃ ਕਦੇ ਤੂੰ ਵਿਚਾਰਿਆ ਹੀ ਨਹੀਂ ਜਾਂ ਤੈਨੂੰ ਕੋਈ ਬੰਦਾ ਗੁਰਬਾਣੀ ਵਾਲਾ ਅਜੇ ਤੱਕ ਮਿਲਿਆ ਨਹੀਂ ਇਹਨਾਂ ਸ਼ਬਦਾਂ ਦੇ ਜਾਲ ਦੇ ਨਾਲ ਲੋਕਾਂ ਨੂੰ ਬੇਖੂਬ ਬਣਾ ਰਿਹਾ ਹੈ ਜੇ ਤੂੰ ਗੁਰਬਾਣੀ ਪੜ੍ਹੀ ਹੋਵੇ ਤੇ ਤੈਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਜੇ ਨਹੀਂ ਪਤਾ ਤੇ ਮੈਂ ਤੈਨੂੰ ਸੁਣਾ ਦਿੰਦਾ ਉਹ ਪੰਕਤੀਆਂ ਪੜ੍ਹ ਲੈਣਾ ਬਹੁਤ ਸਾਰੇ ਉਪਦੇਸ਼ ਨੇ ਗੁਰੂ ਸਾਹਿਬ ਦੇ ਜਿੱਥੇ ਉਹਨਾਂ ਨੇ ਰੱਬ ਤੋਂ ਮੰਨ ਕਰ ਬੰਦੇ ਨੂੰ ਰੱਬ ਤੋਂ ਉਲਟ ਚੱਲਦੇ ਬੰਦੇ ਨੂੰ ਨਾਮ ਨਾ ਜਪਣ ਵਾਲੇ ਬੰਦੇ ਨੂੰ ਜਿੱਥੇ ਉਹਨਾਂ ਨੇ ਗਦਾ ਖੋਤਾ ਸਾਬ ਆਖਿਆ ਹੈ ਉਥੇ ਵੀ ਗੱਲ ਆਖਿਆ ਹੈ ਵੀ ਤੇਰੇ ਜਿਉਣ ਦਾ ਕੋਈ ਫਾਇਦਾ ਨਹੀਂ ਤੂੰ ਮਰਿਆਂ ਦੇ ਵਿੱਚ ਹੀ ਹੈ ਤੇ ਇਥੋਂ ਤੱਕ ਨਹੀਂ ਉਹਦੀ ਮਾਂ ਨੂੰ ਵੀ ਇਹ ਗੱਲ ਆਖੀ ਹੈ ਕਿ ਉਹਦੇ ਮਾਂ ਦਾ ਸਿਰ ਮੰਨਦੇ ਹੋ ਉਹਦੀ ਮਾਂ ਹੀ ਨਾ ਜੰਮਦੀ ਜਿੰਨੇ ਇਹ ਨਾਸਤਿਕ ਪੈਦਾ ਕੀਤਾ ਹੈ ਕਬੀਰ ਮਾਏ ਮੂੰਡੋ ਤਹ ਗੁਰੂ ਕੀ ਜਾਦੇ ਭਰਮ ਨਾ ਜਾਏ ਇਹ ਤੇਰੇ ਵਰਗਿਆਂ ਵਾਸਤੇ ਹੈ ਕਿ ਜਿਹੜੇ ਤੂੰ ਆਪਣੇ ਆਪ ਦੇ ਵਿੱਚ ਗੁਰੂ ਬਣਿਆ ਤੇ ਤੇਰੇ ਚੇਲੇ ਤੈਨੂੰ ਚੰਗਾ ਚੰਗਾ ਆਖਦੇ ਨੇ ਨਾ ਦਾ ਤੇਰਾ ਖੁਦ ਦਾ ਭਰਮ ਕਦੇ ਦੂਰ ਹੋ ਸਕਿਆ ਤੇ ਨਾ ਤੂੰ ਚੇਲਿਆਂ ਦਾ ਕਰ ਸਕਦਾ ਇਹੋ ਜੇ ਬڑے ਬڑے ਹੋ ਚੁੱਕੇ ਨੇ ਜਿਹੜੇ ਆਪਣੇ ਆਪ ਦੇ ਵਿੱਚ ਉਸਤਾਦ ਸਨ ਤੇ ਉਹਨਾਂ ਦੇ ਚੇਲੇ ਸਨ ਆਪ ਡੁੱਬੇ ਚੋ ਬੇਦਮਹਿ ਚੇਲੇ ਦੀਏ ਬਹਾਏ ਆਪ ਤੇ ਡੁੱਬਦੇ ਨੇ ਬੜਾ ਬੜਾ ਗਿਆਨ ਰੱਖਣ ਵਾਲੇ ਵੀ ਤੇ ਕ ਸੱਚਾ ਗਿਆਨ ਨਾ ਹੁਣ ਕਰਕੇ ਆਪ ਡੁੱਬਦੇ ਨੇ ਤੇ ਚੇਲਿਆਂ ਨੂੰ ਵੀ ਡੋਬ ਦਿੰਦੇ ਨੇ ਇਹ ਗੁਰਬਾਣੀ ਦੇ ਬੋਲੇ ਵੀ ਨੇ ਵੀ ਨਰੂ ਮਰੈ ਨਰ ਕਾਮਨਾ ਆਵੈ ਜਿੱਦਣ ਇਨਸਾਨ ਦੇ ਵਿੱਚੋਂ ਇਨਸਾਨ ਮਰ ਜਾਵੇ ਉਹ ਮਰਿਆਂ ਦੇ ਵਿੱਚੋਂ ਹੀ ਹੁੰਦਾ ਹੈ ਤੇ ਉਹਨੂੰ ਮਰਦਾਬਾਦੀ ਆਖਣਾ ਪੈਂਦਾ ਹੈ ਜਿਸ ਦਿਨ ਤੇਰੀ ਜਮੀਰ ਮਰੀ ਉਹ ਦਿਨ ਤੈਨੂੰ ਵੀ ਮਰਿਆਂ ਵਿੱਚ ਗਿਣਿਆ ਹੈ ਤੇ ਸਾਡੇ ਵੱਡਿਆਂ ਮਾਹ ਪੁਰਖਾਂ ਨੇ ਵੀ ਇਹ ਗੱਲ ਆਖੀ ਹੈ ਵੱਡਿਆਂ ਵਡੇਰਿਆਂ ਨੇ ਵੀ ਸਰੀਰ ਦੇ ਮਰ ਜਾਣ ਨੂੰ ਮੌਤ ਨਹੀਂ ਕਹਿੰਦੇ ਜਮੀਰ ਦੇ ਮਰ ਜਾਣ ਨੂੰ ਮੌਤ ਕਹਿੰਦੇ ਨੇ ਤੇਰੀ ਜਮੀਰ ਮਰੀ ਪੰਜਾਬੀ ਮਾਂ ਬੋਲੀ ਨੂੰ ਤੂੰ ਤੀਜਾ ਚੌਥਾ ਦਰਜਾ ਦੱਸਦਾ ਹੈ ਸਿੱਖੀ ਸਰੂਪ ਨਾਲ ਤੂੰ ਨਫ਼ਰਤ ਕਰਦਾ ਹੈ ਤੇ ਹਥਾਂ ਵਿੱਚ ਰੰਗ-ਬਰੰਗੀਆਂ ਪੀਰਾਂ ਫਕੀਰਾਂ ਦੀਆਂ ਚੂੜੀਆਂ ਪਾ ਕੇ ਪੈਰਾਂ 'ਚ ਘੁੰਗਰੂ ਬੰਨ ਕੇ ਸਟੇਜਾਂ 'ਤੇ ਪੈਸਿਆਂ ਦੀ ਵਿੱਚ بارش ਹੁੰਦਿਆ ਨਚਣਾ ਟੱਪਣਾ ਤੇ ਸਿੱਖੀ ਦਾ ਮਜਾ ਕੇ ਡਾਉਣਾ ਤੇ ਬਾਅਦ ਵਿੱਚ ਤੂੰ ਸਾਨੂੰ ਦੱਸੇਂਗਾ ਵੀ ਸਿੱਖੀ ਕੀ ਹੁੰਦੀ ਹੈ ਤੇ ਚੜ੍ਹਦੀ ਕਲਾ ਕੀ ਹੁੰਦੀ ਤੇ ਬੋਲੇ ਸੋਨੇ ਹਾਲ ਕੀ ਹੈ ਇਸ ਕਰਕੇ ਜਿਹੜੇ ਇਨਸਾਨ ਦੇ ਅੰਦਰੋਂ ਜ਼ਮੀਰ ਮਰ ਜਾਵੇ ਜਿਹਦੇ ਅੰਦਰੋਂ ਇਨਸਾਨ ਮਰ ਜਾਵੇ ਜਿਹਦੇ ਅੰਦਰੋਂ ਪਰਉਪਕਾਰੀ ਮਰ ਜਾਵੇ ਨਿਮਰਤਾ ਮਰ ਜਾਵੇ ਉਹਨੂੰ ਮਰਦਾਬਾਦ ਆਖਿਆ ਜਾਂਦਾ ਹੈ ਸ਼ਬਦ ਵੱਖਰੇ ਵੱਖਰੇ ਹੋ ਸਕਦੇ ਨੇ ਉਹਨੂੰ ਮਰਦਾਬੈਦ ਕਹਿ ਲੋ ਜਾਂ ਮਰਿਆ ਹੋਇਆ ਕਹਿ ਲੋ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈ ਕਿਉਂਕਿ ਮਰਿਆ ਇਨਸਾਨ ਮਰਿਆਂ ਵਿੱਚ ਹੀ ਗਿਣਿਆ ਜਾਂਦਾ ਹੈ ਤੇ ਮੀਨੂ ਵੀ ਸਿੰਘਾ ਨੇ ਤੇਰੀ ਇਹ ਵੀਡੀਓ ਵਿਖਾਈ ਹੈ ਜਿਹਦੇ ਵਿੱਚ ਤੂੰ ਐਡ ਲਾ ਕੇ ਉਹਨੂੰ ਵੱਧ ਤੋਂ ਵੱਧ ਵਾਇਰਲ ਕਰ ਰਿਆ ਹੈ ਵੀ ਖੁਦ ਪੈਸੇ ਲਾ ਕੇ ਆਪਣੀ ਵੀਡੀਓ ਨੂੰ ਪ੍ਰਮੋਟ ਕਰਨਾ ਇਹ ਹਾਸੋ ਹੀ ਨਹੀਂ ਗੱਲ ਹੈ ਚੰਗੀ ਗੱਲ ਤਾਂ ਇਹ ਹੈ ਵੀ ਲੋਕੀ ਖੁਦ ਸੁਣਨ ਹੁਣ ਵੀ ਸਰਚ ਮਾਰੋਗੇ ਸ਼ਾਇਦ ਇਹ ਵੀਡੀਓ ਸੁਣ ਤੋਂ ਬਾਅਦ ਹਟਾ ਵੀ ਦੇਵੇ ਉਹਦੇ ਤੇ ਖੱਟੇ ਰੰਗ ਦਾ ਥੱਲੇ ਐਡਸ ਲਿਖਿਆ ਆਉਂਦਾ ਹੈ ਇਹ ਸੋਸ਼ਲ ਮੀਡੀਆ ਹੈ ਇਥੇ ਬੱਚੇ-ਬੱਚੇ ਨੂੰ ਪਤਾ ਵੀ ਕੌਣ ਕੀ ਕਰਦਾ ਹੈ ਤੋਂ ਖੁਦ ਪੈਸੇ ਲਾ ਕੇ ਆਪਣੀ ਵੀਡੀਓ ਨੂੰ ਲੋਕਾਂ ਤੱਕ ਪਹੁੰਚਾ ਰਿਆ ਹੈਂ ਵੀ ਲੋਕੀ ਮੇਰੀ ਇਸ ਗਾਣੇ ਨੂੰ ਸੁਣਨਾ ਮੈਂ ਆਪਣੇ ਆਪ ਨੂੰ ਖੁਦ ਹੀ ਮਾਫ ਕਰ ਰਿਹਾ ਹਾਂ ਖੁਦ ਹੀ ਵਿੱਚ ਪਰਥੀਆਂ ਵੰਡ ਰਿਹਾ ਹੈਂ ਖੁਦ ਮੀਂਹ ਪਵਾ ਰਿਹਾ ਹੈ ਉਹਦੀ ਨੌਜਵਾਨ ਚੁੱਪ ਕਰਕੇ ਖਿਲਾੜੇ ਹੋਏ ਨੇ ਆਪ ਹੀਰੋ ਬਣਨ ਦੀ ਕੋਸ਼ਿਸ਼ ਕੀਤੀ ਹੈ। ਕਿਹੜਾ ਤਰੀਕਾ ਹੈ? ਖੂਬ ਤਰੀਕਾ ਵਰਤਿਆ ਹੈ ਨੌਜਵਾਨਾਂ ਨੂੰ ਗੁੰਮਰਾਹ ਕਰਨ ਵਾਸਤੇ। ਆਪਣੇ ਮੂੰਹ ਆਪ ਹੀ ਮੀਆਂ ਮਿੱਠੂ ਬਣਨ ਵਾਸਤੇ। ਤੇ ਪਰਚੀਆਂ ਵਣਦਾ-ਵਣਦਾ ਕਦੇ ਕਿਸੇ ਗਣ ਦੀ ਪਰਚੀ ਵਣਦਾ, ਕਦੇ ਕਿਸੇ ਦੀ ਵਣਦਾ ਹੈ ਤੇ ਨਾਲ ਇਹ ਵੀ ਪਰਚੀ ਵਣਨ ਦਿੰਦਾ ਤੇ ਸ਼ਾਇਦ ਪਤਾ ਲੱਗ ਜਾਂਦਾ ਵੀ ਤੂੰ ਇਹ ਵੀ ਸੇਵਾ ਕੀਤੀ ਹੈ। ਜਿਹਦੇ ਵਿੱਚ ਇਹ ਗੱਲ ਆਖੀ ਸੀ ਵੀ ਆਪਣਾ ਪੰਜਾਬ ਹੋਵੇ ਤੇ ਘਰ ਦੀ ਸ਼ਰਾਬ ਹੋਵੇ। ਸ਼ਰਾਬ ਵੀ ਕਿ ਨੱਚੋ ਟੱਪੋ ਆਪਣੇ ਪੰਜਾਬ ਦੇ ਵਿੱਚ ਇਹਨੂੰ ਬਰਬਾਦ ਕਰੋ ਸ਼ਰਾਬ ਹੀ ਤੁਹਾਡੇ ਸਮੱਸਿਆ ਦਾ ਹੱਲ ਹੈ ਇਹ ਗਾਣਾ ਵੀ ਤੂੰ ਸ਼ਾਇਦ ਵੜਨ ਦਿੰਦਾ ਜਿਸ ਗਾਣੇ ਨੇ ਉਸ ਸਮੇਂ ਦੇ ਵਿੱਚ ਕਈ ਨੌਜਵਾਨਾਂ ਨੂੰ ਸ਼ਰਾਬ ਪੀਣ ਵਾਸਤੇ ਲਾ ਦਿੱਤਾ ਸੀ ਤੇ ਵੱਡੀ ਮੂਰਖਤਾ ਤੂੰ ਇਹ ਕੀਤੀ ਸੀ ਵੀ ਸਿਰ ਦੇ ਉੱਤੇ ਕਲਗੀ ਧਰ ਦੀ ਪੱਗ ਸਜਾ ਕੇ ਸਿੱਖੀ ਸਰੂਪ ਦੇ ਵਿੱਚ ਉਸ ਸ਼ਰਾਬ ਨੂੰ ਹੱਥ ਵਿੱਚ ਫੜ ਕੇ ਗੱਲ ਕਹਿੰਦਾ ਰਿਹਾ ਹੈ ਵੀ ਸ਼ਰਾਬ ਪੀਓ ਆਪਣੇ ਪੰਜਾਬ ਦੇ ਵਿੱਚ ਤੇ ਸਰੋਂ ਦਾ ਸਾਗ ਹੋਵੇ ਤੇ ਨਾਲ ਤਰਾਂ ਤਰਾਂ ਦੇ ਹੋਰ ਪਦਾਰਥ ਆਣ। ਇਹ ਪਰਚੀ ਵੰਡਣੀ ਤੂੰ ਭੁੱਲ ਗਿਆ ਹੈ ਜਾਂ ਤੇਰੀ ਕਮੀਨਗੀ ਹੈ ਵੀ ਤੂੰ ਵੰਡੇ ਨਹੀਂ। ਇਥੋਂ ਸਾਰਾ ਕੁਝ ਜ਼ਾਹਿਰ ਹੁੰਦਾ ਹੈ ਬੋਲਣ ਨੂੰ ਤਾਂ ਬਹੁਤ ਕੁਝ ਹੈ। ਪਰ ਜ਼ਰੂਰੀ ਨਹੀਂ ਸਮਝਦੇ ਵੀ ਤੇਰੀ ਨਿੱਕੀ ਨਿੱਕੀ ਗੱਲ ਦਾ ਜਵਾਬ ਦੇਣਾ। ਪਰ ਜਿਹੜਾ ਵੀ ਸਿੱਖੀ ਉੱਤੇ ਉਂਗਲ ਕਰਦਾ ਹੈ, ਪੰਜਾਬ ਉੱਤੇ ਉਂਗਲ ਕਰਦਾ ਹੈ। ਸਿੱਖ ਪਰੰਪਰਾ ਤੇ ਸੱਭਿਆਚਾਰ ਦੇ ਉੱਤੇ ਉਂਗਲੀ ਕਰਦਾ ਹੈ। ਅਖੌਤੀ ਸਭਿਆਚਾਰ ਦੇ ਪਰਹਰਾਵੇ ਦੇ ਹੇਠ ਜਿਹੜਾ ਸਿੱਖੀ ਨਾਲ ਮਜ਼ਾਕ ਕਰੇ ਉਂਗਲ ਕਰੇ ਉਹਨੂੰ ਉਹਦੇ ਤਰੀਕੇ ਨਾਲ ਖਾਲਸਾ ਜਵਾਬ ਦਿੰਦਾ ਆਇਆ ਹੈ ਇਹ ਸ਼ਬਦੀ ਜਵਾਬ ਹੈ ਹੋ ਸਕਦਾ ਹੈ ਤੇ ਇਹਨੂੰ ਇਹ ਸ਼ਬਦ ਬੜੇ ਤੰਗ ਕਰਨਾ ਪਰ ਇਹਦੇ ਵਿੱਚ ਧਰਪੜਾ ਇਹ ਹੈ ਕਿ ਗਾਂਵ ਵਾਸਤੇ ਸਿੱਖੀ ਨਾਲ ਮਜ਼ਾਕ ਨਾ ਕਰਨ ਮਾਂ ਬੋਲੀ ਦਾ ਸਤਿਕਾਰ ਕਰਨ ਜਿਵੇਂ ਬਾਕੀ ਕਰੋੜਾਂ ਰੁਪਏ ਕਮਾ ਰਹੇ ਨੇ ਨੱਚ ਟੱਪ ਕੇ ਲੋਕਾਂ ਨੂੰ ਸੁਣਾ ਸੁਣੋ ਕਿ ਤੂੰ ਵੀ ਇਕੱਠੇ ਕਰ ਲੈ ਕਿਸੇ ਨੂੰ ਕੋਈ ਦੁੱਖ ਨਹੀਂ ਤੇ ਇਹਦੇ ਨਾਲ ਬਾਕੀਆਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਵੀ ਜੇ ਇਹ ਆਪਣੇ ਆਪ ਨੂੰ ਬਾਬਾ ਬੋੜ ਕਹਿਣ ਵਾਲਾ ਇੰਨਾ ਦੁਖੀ ਹੋ ਸਕਦਾ ਹੈ ਤੇ ਨੌਜਵਾਨ ਇਹਨੂੰ ਮੂੰਹ ਤੋੜਵਾਂ ਜਵਾਬ ਦੇ ਸਕਦੇ ਨੇ ਤੇ ਤੁਸੀਂ ਕਿਸੇ ਖੇਤ ਦੀ ਮੂਲੀ ਨਹੀਂ ਤੇ ਭੁੱਲ ਕੇ ਵੀ ਇਹਦੇ ਵਾਲੀ ਗਲਤੀ ਨਾ ਕੋਈ ਕਰਿਓ ਜੇ ਨੱਚ ਟੱਪ ਰਹੇ ਹੋ ਤਾਂ ਨੱਚੀ ਟੱਪੀ ਜਾਓ ਆਪਣੇ ਘਰਾਂ ਦੇ ਵਿੱਚ ਕਦੇ ਵੀ ਕਿਸੇ ਨੇ ਮਾਂ ਬੋਲੀ ਨੂੰ ਗੁਰਮੁਖੀ ਨੂੰ ਪੰਜਾਬੀ ਨੂੰ ਸਿੱਖੀ ਪਹਿਰਾਵੇ ਨੂੰ ਸਿੱਖੀ ਸਰੂਪ ਨੂੰ ਸਿੱਖੀ ਸਿਧਾਂਤਾਂ ਨੂੰ ਕਦੇ ਵੀ ਕਿਸੇ ਗਾਣੇ ਦੇ ਰਾਈ ਕਿਸੇ ਵੀਡੀਓ ਦੇ ਰਾਈ ਕਿਸੇ ਫਿਲਮ ਦੇ ਰਾਈ ਉਹਨੂੰ ਨੀਵਾ ਵਿਖਾਉਣਾ ਜਾਂ ਉਹਨੂੰ ਗਲਤ ਤਰੀਕੇ ਨਾਲ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਖਾਲਸਾ ਸਦਾ ਹੀ ਤਿਆਰ ਬਰ ਤਿਆਰ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹੈ